ਬਨਾਨ ਸ਼੍ਰੀ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੇ ਵੱਲੋਂ ਸਭਾ ਕੀਤੀ ਗਈ ਜਿਸ 'ਚ ਮਹਿਲਾ ਵਿੰਗ ਦੀ ਕੋਰ ਸਮਿਤੀ ਮੈਂਬਰ ਹਰਪ੍ਰੀਤ ਕੌਰ ਅਤੇ ਸੀਨੀਅਰ ਅਕਾਲੀ ਨੇਤਾ ਬੀਬੀ ਸੁਰਜੀਤ ਕੌਰ ਬਰਨਾਲਾ ਦੇ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਜ਼ਿਲ੍ਹੇ ਭਰ ਤੋਂ ਔਰਤਾਂ ਨੇ ਸਭਾ 'ਚ ਸ਼ਮੂਲੀਅਤ ਕੀਤੀ ਅਤੇ ਪਾਰਟੀ ਦੇ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਹ ਜਿਹੜੀ ਇਸਤਰੀ ਅਕਾਲੀ ਦਲ ਹੈ ਇਹ ਬੜੀ ਸ਼੍ਰੋਮਣੀ ਅਕਾਲੀ ਦੇ ਰੀੜ ਦੀ ਹੱਡੀ ਹੈ। ਜੇ ਮਜ਼ਬੂਤ ਹੋਏਗੀ ਤਾਂ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਏਗਾ, ਕਿਉਂਕਿ ਬਰਨਾਲਾ ਸਾਹਿਬ ਵੇਲੇ ਇੱਥੇ 9 ਜਾਂ 9 ਸੀਟਾਂ ਸਾਡੇ ਧੋਲੀ ਪੈਂਦੀਆਂ ਸੀ, ਪਰ ਸਾਡੀ ਧੜੇਬੰਦੀ ਨੇ ਅੱਜ ਇਹ ਹੱਲ ਕਰ ਦਿੱਤਾ ਅਤੇ ਅੱਜ ਸਾਡੇ ਕੋਲ ਇੱਕੋ ਹੀ ਸੀਟ ਰਹਿ ਗਈ। ਸੋ ਇਸ ਕਰਕੇ ਮੇਰੀ ਕੋਸ਼ਿਸ਼ ਇਹੀ ਹੈ ਕਿ ਸਾਰੇ ਧੜੇਬੰਦੀਆਂ ਤੋਂ ਉੱਠ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ। ਇਸ ਦਾ ਪ੍ਰੋਗਰਾਮ ਮਕਸਦ ਤਾਂ ਇਹੀ ਸੀਗਾ ਕਿ ਜਿਸ ਤਰੀਕੇ ਨਾਲ ਬੀਬੀ ਜਗੀਰ ਕੌਰ ਜੀ ਨੇ ਜਿਹੜਾ ਪਾਰਟੀ ਨੂੰ ਤਕੜਾ ਕਰਨ ਵਾਸਤੇ ਜਥੇਬੰਦੀ ਬਣਾਈ ਹੈ, ਅਤੇ ਉਹਦੇ 'ਚ ਮੈਨੂੰ ਸੀ ਵੀ ਪਾਰਟੀ ਦਾ ਥੋੜ੍ਹਾ ਜਿਹਾ ਜਥੇਬੰਦੀ ਦਾ ਥੋੜ੍ਹਾ ਵਿਸਥਾਰ ਹੋਵੇ ਅਤੇ ਇਹਨਾਂ 'ਚ ਇੱਕਜੁੱਟਤਾ ਆਵੇ। ਅਤੇ ਉਹ ਇੱਕ ਤਾਂ ਅਸੈਸਮੈਂਟ ਸੀਗੀ ਕਿ ਕਿਸ ਤਰੀਕੇ ਨਾਲ ਅੱਜ ਵੀ ਆਪਣੀਆਂ ਬੀਬੀਆਂ ਕਿੰਨੀਆਂ ਕੁ ਹੌਸਲੇ 'ਚ ਹੈਗੀਆਂ, ਪਰ ਇਸ ਮੀਟਿੰਗ ਤੋਂ ਮੈਨੂੰ ਇਹ ਪਤਾ ਲੱਗਿਆ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀਆਂ ਬੀਬੀਆਂ ਇਹਨਾਂ 'ਚ ਬਹੁਤ ਹੀ ਉਤਸ਼ਾਹ ਹੈ ਅਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਅੱਛਾ ਹੈ। ਬਨਾਰਸ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ 2।